ਸਤਿ ਸ਼੍ਰੀ ਅਕਾਲ ਜੀ, ਸਾਡਾ ਲਾਈਵ ਪਾਰਟ ਅੱਜ ਤੁਹਾਡੇ ਲਈ ਲੈ ਕੇ ਆਇਆ ਹੈ ਮੇਰਾ ਸਿਨੇਮਾ। ਮੇਰਾ ਸਿਨੇਮਾ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿਨੇਮਾ ਬਾਰੇ। ਆ ਫਿਲਮ ਸਾਗਾ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ। ਸਾਗਾ ਜੋ ਮੰਨਿਆ ਪਰਮੰਨਿਆ ਬ੍ਰਾਂਡ ਹੈ ਅਤੇ ਸਾਗਾ ਨੇ ਕਈ ਪੰਜਾਬੀ ਹਿੱਟ ਫਿਲਮਾਂ ਦਿੱਤੀ ਜਿਵੇਂ ਕਿ ਅਰਦਾਸ, ਇੱਕੋ ਮਿੱਕੇ, ਪ੍ਰਾਣਿਆ, ਸਨ ਆਫ ਮਨਜੀਤ ਸਿੰਘ, ਮਾਂ ਅਤੇ ਕਈ ਹੋਰ ਪੰਜਾਬੀ ਹਿੱਟ ਫਿਲਮਾਂ ਦਿੱਤੀਆਂ ਅਤੇ ਆਡੀਅੰਸ ਨੇ ਉਹਨਾਂ ਦੀਆਂ ਫਿਲਮਾਂ ਨੂੰ ਸਰਮੱਥੇ ਵੀ ਰੱਖਿਆ ਅਤੇ ਹੁਣ ਸਾਗਾ ਇੱਕ ਹੋਰ ਪ੍ਰੋਜੈਕਟ ਲੈ ਕੇ ਆ ਰਿਹਾ ਹੈ। ਪਵਾੜੇ ਟੈਲੀਵਿਜ਼ਨ, ਆ ਫਿਲਮ ਟੈਲੀਵਿਜ਼ਨ ਦੇ ਉਸ ਦੌਰ ਨੂੰ ਦਰਸਾਉਂਦੀ ਹੈ ਜਦੋਂ ਨਵਾਂ ਨਵਾਂ ਟੈਲੀਵਿਜ਼ਨ ਲੋਕਾਂ ਦੇ ਵਿੱਚ ਆਇਆ ਸੀ ਅਤੇ ਲੋਕਾਂ ਨੂੰ ਟੈਲੀਵਿਜ਼ਨ ਦੇਖਣ ਦਾ ਕਿੰਨਾ ਕਰੇਜ਼ ਹੁੰਦਾ ਸੀ। ਸਿਰਫ ਯੂਥ ਹੀ ਨਹੀਂ ਬਲਕਿ ਇਸ ਫਿਲਮ ਨੂੰ ਉਹ ਲੋਕ ਵੀ ਇੰਜੋਏ ਕਰਨਗੇ ਜਿਨ੍ਹਾਂ ਦੇ ਟਾਈਮ ਵਿੱਚ ਪਹਿਲੀ ਵਾਰ ਟੀਵੀ ਆਇਆ ਸੀ ਅਤੇ ਉਹ ਪਲ ਯਾਦ ਆਉਣਗੇ ਕਿ ਕਿੱਦਾਂ ਸਾਰੇ ਮਿਲ ਕੇ ਇਕੱਠੇ ਬੈਠ ਕੇ ਟੈਲੀਵਿਜ਼ਨ ਨੂੰ ਦੇਖਦੇ ਸਨ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦਾ ਪ੍ਰਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਡਾਇਰੈਕਟਰ ਹਨ ਤਾਂਜ ਅਤੇ ਪ੍ਰੋਡਿਊਸਰ ਹਨ ਸੁਮਿਤ ਸਿੰਘ ਅਤੇ ਪੁਸ਼ਪਿੰਦਰ ਕੌਰ ਅਤੇ ਮੰਨੇ ਪਰਮੰਨੇ ਕਲਾਕਾਰ ਕੁਲਵਿੰਦਰ ਬਿੱਲਾ, ਗੁਰਪ੍ਰੀਤ ਸਿੰਘ ਘੁੱਗੀ ਅਤੇ ਮੈਂਡੀ ਟੱਕਰ ਸਮੇਤ ਦਰਜਨ ਤੋਂ ਵੱਧ ਅਦਾਕਾਰ ਇਸ ਫਿਲਮ ਦਾ ਹਿੱਸਾ ਹਨ। ਹਾਸੇ ਠਾਕਿਆਂ ਨਾਲ ਭਰੀ ਇਸ ਫਿਲਮ ਪਵਾੜੇ ਟੈਲੀਵਿਜ਼ਨ ਦੇ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਖਿੱਚ ਲਓ ਤਿਆਰੀ ਆਪਣੇ ਨਜ਼ਦੀਕੀ ਸਿਨੇਮਾ ਘਰਾਂ 'ਚ ਪਵਾੜੇ ਟੈਲੀਵਿਜ਼ਨ ਦੇ ਦੇਖ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਜਾਣਾ ਨਾ ਭੁੱਲਿਓ ਤਾਂ ਕਿ ਉਹ ਵੀ ਆਪਣੇ ਟਾਈਮ 'ਤੇ ਟੈਲੀਵਿਜ਼ਨ ਔਰ ਇਕੱਠੇ ਬੈਠ ਕੇ ਮਿਲ ਕੇ ਦੇਖਣ ਦਾ ਮਜ਼ਾ ਦੁਬਾਰਾ ਆਨੰਦ ਮਾਣ ਸਕਣ। ਪਵਾੜੇ ਟੈਲੀਵਿਜ਼ਨ, ਆ ਫਿਲਮ ਟੈਲੀਵਿਜ਼ਨ ਦੇ ਉਸ ਦੌਰ ਨੂੰ ਦਰਸਾਉਂਦੀ ਹੈ ਜਦੋਂ ਨਵਾਂ ਨਵਾਂ ਟੈਲੀਵਿਜ਼ਨ ਲੋਕਾਂ ਦੇ ਵਿੱਚ ਆਇਆ ਸੀ ਅਤੇ ਲੋਕਾਂ ਨੂੰ ਟੈਲੀਵਿਜ਼ਨ ਦੇਖਣ ਦਾ ਕਿੰਨਾ ਕਰੇਜ਼ ਹੁੰਦਾ ਸੀ। ਸਿਰਫ ਯੂਥ ਹੀ ਨਹੀਂ ਬਲਕਿ ਇਸ ਫਿਲਮ ਨੂੰ ਉਹ ਲੋਕ ਵੀ ਇੰਜੋਏ ਕਰਨਗੇ ਜਿਨ੍ਹਾਂ ਦੇ ਟਾਈਮ ਵਿੱਚ ਪਹਿਲੀ ਵਾਰ ਟੀਵੀ ਆਇਆ ਸੀ ਅਤੇ ਉਹ ਪਲ ਯਾਦ ਆਉਣਗੇ ਕਿ ਕਿੱਦਾਂ ਸਾਰੇ ਮਿਲ ਕੇ ਇਕੱਠੇ ਬੈਠ ਕੇ ਟੈਲੀਵਿਜ਼ਨ ਨੂੰ ਦੇਖਦੇ ਸਨ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦਾ ਪ੍ਰਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਡਾਇਰੈਕਟਰ ਹਨ ਤਾਂਜ ਅਤੇ ਪ੍ਰੋਡਿਊਸਰ ਹਨ ਸੁਮਿਤ ਸਿੰਘ ਅਤੇ ਪੁਸ਼ਪਿੰਦਰ ਕੌਰ ਅਤੇ ਮੰਨੇ ਪਰਮੰਨੇ ਕਲਾਕਾਰ ਕੁਲਵਿੰਦਰ ਬਿੱਲਾ, ਗੁਰਪ੍ਰੀਤ ਸਿੰਘ ਘੁੱਗੀ ਅਤੇ ਮੈਂਡੀ ਟੱਕਰ ਸਮੇਤ ਦਰਜਨ ਤੋਂ ਵੱਧ ਅਦਾਕਾਰ ਇਸ ਫਿਲਮ ਦਾ ਹਿੱਸਾ ਹਨ। ਹਾਸੇ ਠਾਕਿਆਂ ਨਾਲ ਭਰੀ ਇਸ ਫਿਲਮ ਪਵਾੜੇ ਟੈਲੀਵਿਜ਼ਨ ਦੇ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਖਿੱਚ ਲਓ ਤਿਆਰੀ ਆਪਣੇ ਨਜ਼ਦੀਕੀ ਸਿਨੇਮਾ ਘਰਾਂ 'ਚ ਪਵਾੜੇ ਟੈਲੀਵਿਜ਼ਨ ਦੇ ਦੇਖ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਜਾਣਾ ਨਾ ਭੁੱਲਿਓ ਤਾਂ ਕਿ ਉਹ ਵੀ ਆਪਣੇ ਟਾਈਮ 'ਤੇ ਟੈਲੀਵਿਜ਼ਨ ਔਰ ਇਕੱਠੇ ਬੈਠ ਕੇ ਮਿਲ ਕੇ ਦੇਖਣ ਦਾ ਮਜ਼ਾ ਦੁਬਾਰਾ ਆਨੰਦ ਮਾਣ ਸਕਣ। ਤੁਹਾਨੂੰ ਇੱਕ ਵਾਰ ਫਿਰ ਰੂਬਰੂ ਕਰਵਾਵਾਂਗੇ ਇੱਕ ਨਵੀਂ ਫਿਲਮ ਦੇ ਕਰੈਕਟਰਸ ਦੇ ਨਾਲ। ਬਣੇ ਰਹੋ ਲਾਈਵ ਭਾਰਤ ਦੇ ਨਾਲ।